ਹੋ ਰਿਹਾ ਫਾਇਦਾ ਤੁਹਾਨੂੰ ਹਾਂ ਹੋ ਸੋ ਆਖੋ ਰਹੀ ਹੈ ਰੋਟੀ ਨਹੀਂ ਬਣਦੀ ਸੀ ਨਾ ਤੁਹਾਡੇ ਕੋਲ ਪਹਿਲੇ ਰੋਟੀ ਮਤਲਬ ਸੀ ਨਹੀਂ ਜਦੋਂ ਕੋ ਤੇ ਬਾਦੀ ਕਰ ਇਹ ਖੋਲ ਕੇ ਖਾ ਲੈਂਦੀ ਹੈ ਇਹ ਬਜ਼ੁਰਗ ਕੰਮ ਕਰਦੇ ਆ ਕੋਈ ਨਹੀਂ ਤਾਂ ਸਾਡਾ ਤੇ ਪੁੱਤ ਵੀ ਆ ਤੇ 4 ਮਹੀਨੇ ਕੇ ਗੁਜ਼ਰ ਗਿਆ ਇੱਕੋ ਹੈਗਾ ਜੀ ਗੁੱਡੀਆਂ ਸੀ ਸਾਡੀਆਂ ਦੋ ਪਹਿਲੀ ਮੇਰੀ ਕੁੜੀ 2 ਸਾਲ ਨੂੰ ਕੇ ਮਰੀ ਵਿੱਚ 6 ਫਿਰ ਰੋਟੀ ਨਹੀਂ ਸਾਤੋਂ ਫੜਨ ਜਲਦੀ ਇਹ ਵਿਚਾਰਾ ਮੁੰਡਾ ਇੱਥੇ ਦੇ ਜਾਂਦਾ ਨਹੀਂ ਨਹੀਂ ਚਲੋ ਤੁਹਾਨੂੰ ਜਾਣ ਦੀ ਲੋੜ ਨਹੀਂ ਇਹ ਮੁੰਡਾ ਤੁਹਾਨੂੰ ਅੰਦਰ ਹੀ ਦੇ ਜਾਇਆ ਕਰੇਗਾ ਅੱਛਾ ਨਹੀਂ ਨਹੀਂ ਮਾਤਾ ਜੀ ਕੋਈ ਗੱਲ ਨਹੀਂ ਜੀ ਤਾਂ ਮੁੰਡਾ ਨਹੀਂ ਸਰ ਚਲੋ ਇਹ ਨਾ ਬਾਬਾ ਜੀ ਨੇ ਤੁਹਾਡੇ ਉੱਤੇ ਸ਼ੋਲ ਭੇਜੇ ਨੇ ਨਾਲ ਲੋਈ ਸ਼ੋਲ ਠੀਕ ਹੈ ਠੰਡ ਤੋਂ ਬਚਾ ਲਈ ਮਿਲ ਜਾਂਦੀ ਰੋਟੀ ਟਾਈਮ ਸਿਰ ਹਾਂਜੀ ਆ ਸਾਡੀ ਰੋਟੀ ਮੇਰੀ ਨਹੀਂ ਇਹਦੇ ਵਿੱਚ ਕਿੰਨੀ ਦੇਰ ਗਰਮ ਰਹਿੰਦੀ ਰੋਟੀ ਸ਼ਾਮ ਦੀ ਸ਼ਾਮਾਂ ਤੱਕ ਰਹਿੰਦੀ ਰਹਿੰਦੀ ਹੈ ਸ਼ਾਮ ਤੱਕ ਗਰਮ ਗਰਮ ਹੁੰਦੀ ਹੈ ਇੱਥੇ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ 2000 ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਜਿਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਸੰਗਤ ਜੀ ਜਿਵੇਂ ਆਪ ਜੀ ਸਭ ਨੂੰ ਪਤਾ ਹੀ ਹੈ ਕਿ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਜੋ ਬੇਅੰਤ ਸੇਵਾਵਾਂ ਪਿਤਾ ਜੀ ਲੈ ਰਹੇ ਨੇ ਜਿਵੇਂ ਕਿ ਦਾਤਾਬੰਦੀ ਛੋੜ ਪਬਲਿਕ ਸਕੂਲ ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ ਗੁਰਮਤਿ ਦੀ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ ਜਿਹਦੇ ਵਿੱਚ 20,000 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਵੀ ਔਰ ਜਿੰਨੇ ਵੀ ਟੈਸਟ ਨੇ ਲਾਗਤ ਮੁੱਲ ਨਾਲ ਹੁੰਦੇ ਨੇ ਇੱਥੇ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ 2000 ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਜਿਹਦੇ ਰਾਹੀਂ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਹੈ ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਉਹ ਵੀ ਚਲਾਈ ਜਾ ਰਹੀ ਇਸ ਤੋਂ ਇਲਾਵਾ ਜੋ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਜੋ ਲੋੜਵੰਦ ਬਜ਼ੁਰਗ ਨੇ ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਅਤੇ ਅੱਜ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਪਿਆਰ ਵਾਲੇ ਸਰਦਾਰ ਗੁਰਮੀਤ ਸਿੰਘ ਜੀ ਕੋਹਲੀ ਮਾਤਾ ਹਰਮਿੰਦਰ ਕੌਰ ਜੀ ਇਹ ਸਾਰਾ ਪਰਿਵਾਰ ਜੋ ਕੈਨੇਡਾ ਤੋਂ ਇਹਨਾਂ ਨੇ ਆਪਣੇ ਦਸਵੰਧ ਦੇ ਵਿੱਚੋਂ ਜੋ ਲੋੜਵੰਦ ਪਰਿਵਾਰ ਨੇ ਕਿਉਂਕਿ ਠੰਡ ਬਹੁਤ ਹੈ ਤੁਹਾਨੂੰ ਸਭ ਨੂੰ ਪਤਾ ਹੈ ਅਤੇ ਲੋੜਵੰਦ ਪਰਿਵਾਰਾਂ ਦੇ ਲਈ ਜੋ ਲੋਈਆਂ ਔਰ ਸ਼ਾਲਾਂ ਇਹਦੀ ਸੇਵਾ ਕੀਤੀ ਹੈ ਔਰ ਇਹ ਜੋ ਸ਼ੋਲਾਂ ਔਰ ਲੋਈਆਂ ਨੇ ਅੱਜ ਜੋ ਲੋੜਵੰਦ ਪਰਿਵਾਰ ਉਹਨਾਂ ਤੱਕ ਪਹੁੰਚਾਈਆਂ ਗਈਆਂ ਨੇ ਮੈਂ ਅਰਦਾਸ ਕਰਦਾ ਸਤਿਗੁਰੂ ਇਸ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਔਰ ਬਾਕੀ ਵੀ ਜੋ ਪ੍ਰੇਮੀ ਤੁਸੀਂ ਦੂਰ ਨੇੜੇ ਵੇਖਦੇ ਹੋ ਸਭ ਨੂੰ ਮੈਂ ਬੇਨਤੀ ਕਰਦਾ ਇਹੋ ਜਿਹੀਆਂ ਸੇਵਾਵਾਂ ਦੇ ਵਿੱਚ ਵੱਧ ਤੋਂ ਵੱਧ ਆਪਣਾ ਸਹਿਯੋਗ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ